ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਸਤਿ ਬਿਸਮਿਲ੍ਲਾ ਅਤੇ ਜੀ ਆਇਆਂ ਨੂੰ ਜੀ ਸੱਜਣੋ ਬੇਲੀਓ ਅਤੇ ਮਿੱਤਰੋ ਤੁਹਾਡਾ ਮੇਜ਼ਬਾਨ ਤੁਹਾਡਾ ਸੱਜਣ ਤੁਹਾਡਾ ਬੇਲੀ ਅਜਾਜ਼ ਮਸੂਦ ਅਰਫ ਬੂਟਾ ਚੌਧਰੀ ਹਾਜ਼ਰ ਹੈ ਤੁਹਾਡੀ ਖਿਦਮਤ ਵਿੱਚ ਅੱਜ ਇੱਕ ਬਹੁਤ ਹੀ ਦਿਲਚਸਪ ਵੀਡੀਓ ਲੈ ਕੇ ਸਿਆਸੀ ਕਸ਼ੀਦਗੀ ਅਰੂਜ ਦੇ ਉੱਤੇ ਹੈ ਅਤੇ ਇਸ ਸਿਆਸੀ ਕਸ਼ੀਦਗੀ ਦੇ ਵਿੱਚ ਸਾਨੂੰ ਦੱਸ ਪਈ ਇੱਕ ਐਸੇ ਬੰਦੇ ਦੀ ਜਿਹੜਾ ਕਿ ਨੂਨ ਲੀਗ ਦੇ ਨਾਲ ਬੇਪਨਾਹ ਮੁਹੱਬਤ ਕਰਦਾ ਹੈ ਔਰ ਨਵਾਜ਼ ਸ਼ਰੀਫ ਨੂੰ ਆਪਣਾ ਤਾਇਆ ਆਖਦਾ ਹੈ ਸਮਝਦਾ ਹੈ ਅਤੇ ਉਹਦਾ ਉਹਨਾਂ ਵੱਲ ਜਾਂਦੇ ਹੈਗੇ ਹਾਂ ਉਹਨਾਂ ਦੀ ਰਾਏ ਲੈਂਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਲੇਕਿਨ ਉਸ ਤੋਂ ਪਹਿਲੇ ਸਾਡੇ ਐਟਲਸ ਯੂਟਿਊਬ ਅਫੀਸ਼ੀਅਲ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਘੰਟੀ ਦਾ ਇੱਕ ਨਿਸ਼ਾਨ ਹੈ ਉਸ ਨੂੰ ਖੜਕਾ ਦਿਓ ਤਾਂ ਕਿ ਸਾਡੀ ਹਰ ਤਾਜ਼ਾ ਵੀਡੀਓ ਤੁਹਾਡੇ ਤੱਕ ਉੱਡਦੀ ਪਹੁੰਚ ਜਾਵੇ ਅਤੇ ਜੀ ਜਨਾਬ ਵੇਖਦੇ ਹਾਂ ਕਿ ਸਾਡੇ ਨਾਲ ਅੱਜ ਕਿਹੜੀ ਹਸਤੀ ਹੈ ਅਸਲਾਮ ਵਾਲੇਕਮ ਜਨਾਬ ਵਾਲੇਕਮ ਸਲਾਮ ਥੋੜ੍ਹਾ ਜਿਹਾ ਪਰੇ ਹੋਵੋ ਕਰੋਨਾ ਹੈ ਪਰੇ ਹੋਵੋ ਭਾਈ ਕਰੋਨਾ ਚੱਲ ਰਿਹਾ ਸਾਨੂੰ ਕਰੋਨਾ ਨਹੀਂ ਹੈਗਾ ਚੌਧਰੀ ਅੱਛਾ ਜੀ ਉਹਦੀ ਕੀ ਵਜ੍ਹਾ ਤੁਸੀਂ ਨੂਨ ਲਿਖੀ ਹੋ ਇਸ ਲਈ ਕਰੋਨਾ ਨਹੀਂ ਨੂਨ ਲਿਖੇ ਆ ਅਸੀਂ ਨਵਾਜ਼ ਸ਼ਰੀਫ ਦਾ ਦੀਵਾਨੇ ਆ ਸਾਰਾ ਨਵਾਜ਼ ਸ਼ਰੀਫ ਤਾਇਆ ਵਾ ਅਤੇ ਜੀ ਜਨਾਬ ਤੁਹਾਡਾ ਨਾਂ ਕੀ ਹੈ ਮੁਸਲਿਮ ਕੀ ਨੂਨ ਉਹ ਭਾਈ ਜਾਨ ਮੈਂ ਤੁਹਾਡਾ ਨਾਂ ਪੁੱਛਿਆ ਕਿ ਤੁਹਾਡਾ ਨਾਮ ਜਿਹੜਾ ਕਿ ਮੁਸਲਿਮ ਲੀਗ ਨੂਨ ਉਹ ਮੰਨਿਆ ਭਾਈ ਤੁਹਾਡਾ ਨਾਂ ਮੁਸਲਿਮ ਲੀਗ ਨੂਨ ਹੈ ਅਸੀਂ ਮੁਸਲਿਮ ਕੀ ਨੂਨ ਅੱਛਾ ਵੈਸੇ ਤਾਂ ਨਵਾਜ਼ ਸ਼ਰੀਫ ਨਵਾਜ਼ ਸ਼ਰੀਫ ਸਾਡਾ ਤਾਇਆ ਨਵਾਜ਼ ਸ਼ਰੀਫ ਤੁਹਾਡਾ ਤਾਇਆ ਤੇ ਤੁਹਾਡਾ ਨਾਂ ਨਵਾਜ਼ ਸ਼ਰੀਫ ਤਾਂ ਨਾ ਹੋਇਆ ਅਸੀਂ ਮੁਸਲਿਮ ਕੀ ਨੂਨ ਸਾਡਾ ਨਾਮ ਠੀਕ ਹੋ ਗਿਆ ਸਾਰਾ ਫਿਰ ਵੀ ਕੋਈ ਜਿਹੜਾ ਤਾਇਆ ਨੇ ਕੋਈ ਨਾਂ ਤਾਂ ਰੱਖਿਆ ਹੀ ਹੋਏਗਾ ਸਾਡੀ ਜਮਾਤ ਦਾ ਨਾਮ ਮੁਸਲਿਮ ਨੂਨ ਔਰ ਸਾਡਾ ਵੀ ਨਾਮ ਮੁਸਲਿਮ ਕੀ ਨੂਨ ਠੀਕ ਹੈ ਭਾਈ ਜਾਨ ਵੀ ਹਾਜ਼ਰ ਆ ਅਸੀਂ ਮੰਨ ਲਿਆ ਨੂਨ ਲੀਗ ਸਭ ਕੁਝ ਤੁਹਾਡਾ ਨੂਨ ਲੀਗ ਅੱਛਾ ਨੂਨ ਲੀਗ ਦੇ ਨਾਲ ਇਤਨੀ ਬੇਪਨਾਹ ਮੁਹੱਬਤ ਦੀ ਕੋਈ ਵਜ੍ਹਾ ਕੋਈ ਤਾਏ ਹੁਣੀ ਤੁਹਾਨੂੰ ਟਾਫੀਆਂ ਦਿੰਦੇ ਰਹੇ ਨੇ ਚੂਸਣ ਵਾਲੀਆਂ ਨਹੀਂ ਦਿੰਦੇ ਉਹਨਾਂ ਨੇ ਮੁਲਕ ਦਾ ਇੰਨਾ ਕੀਤਾ ਨਾ 70 ਸਾਲਾਂ ਦੇ ਵਿੱਚ ਕੋਈ ਲੀਡਰ ਨਹੀਂ ਐਸਾ ਆਇਆ ਅੱਛਾ ਕਿੱਦਾਂ ਦਾ ਸਾਰਾ ਪਰਾਇਆ ਆਇਆ ਨਵਾਜ਼ ਸ਼ਰੀਫ ਔਰ ਇਮਰਾਨ ਖਾਨ ਕਿਹੜਾ ਹੁਣ ਆਇਆ ਨਾ ਅੱਛਾ ਹਾਂ ਇਹ ਚੋਰ ਨਾ ਅਹਿਲ ਹਕੂਮਤ ਆ ਅਸੀਂ ਹੱਥ ਜੋੜਦੇ ਆ ਇਹ ਸਾਡੀ ਜਾਨ ਛੱਡ ਦੇਵੇ ਮਹਿੰਗਾਈ ਨੇ ਸਾਨੂੰ ਮਾਰ ਪਾਜੀ ਸਾਹਿਬ ਉੱਠ ਜਾਏਗਾ ਹੱਥ ਹੋੜਾ ਲੱਗੋ ਥੋੜ੍ਹਾ ਜਿਹਾ ਅੱਛਾ ਇਹ ਦੱਸੋ ਕਿ ਇਮਰਾਨ ਖਾਨ ਨੇ ਕੀ ਚੋਰੀ ਕੀਤੀ ਇਮਰਾਨ ਖਾਨ ਨੇ ਚੀਨੀ ਚੋਰੀ ਕੀਤੀ ਆਟਾ ਚੋਰੀ ਕੀਤਾ ਘੇ ਚੋਰੀ ਕੀਤਾ ਲੋਕਾਂ ਦੀਆਂ ਭੁੱਖੇ ਮਰ ਗਏ ਲੋਕ ਇਹ ਕਰੋਨਾ ਨੇ ਮਾਰ ਸਿੱਟਿਆ ਇੱਕ ਇਮਰਾਨ ਖਾਨ ਨੇ ਮਾਰ ਸਿੱਟਿਆ ਅਸੀਂ ਹੱਥ ਜੋੜਦੇ ਹਾਂ ਇਮਰਾਨ ਖਾਨ ਸਾਨੂੰ ਜਾਨ ਛੱਡ ਦੇ ਸਾਰੇ ਅੱਛਾ ਤਾਇਆ ਬਨੂ ਆਉਣ ਦੇ ਫਿਰ ਵਜ਼ੀਰ ਆਜ਼ਮ ਤਾਇਆ ਤੁਹਾਡਾ ਆਏਗਾ ਤਾਇਆ ਤੁਹਾਡਾ ਆਏਗਾ ਤਾਇਆ ਨੂੰ ਸੱਦੋ ਸਹੀ ਪਹਿਲੇ ਉਹਨੂੰ ਕਹਿੰਦੇ ਪਾਕਿਸਤਾਨ ਦਾ ਆਏਗਾ ਉਹ ਸ਼ੇਰ ਆ ਉਹ ਆਪਣੀ ਘਰ ਵਾਲੀ ਨੂੰ ਛੱਡ ਕੇ ਆਇਆ ਨਹੀਂ ਅੱਗੇ ਕਿੱਥੇ ਕਦੋਂ ਤਾਇਆ ਬੂ ਆਏਗਾ ਸਾਡਾ ਵਟਸਐਪ ਗਰੁੱਪ ਹੈਗਾ ਉਹਦੇ ਵਿੱਚ ਗੱਲ ਮੈਸੇਜ ਆ ਗਿਆ ਤੇ ਸਾਡਾ ਤਾਇਆ ਆ ਗਿਆ ਵਾ ਉਹ ਸਾਡਾ ਨਿੱਕਾ ਤਾਇਆ ਸ਼ਵਾਜ਼ ਸ਼ਰੀਫ ਹੀ ਆ ਗਿਆ ਵਾ ਮੁੱਕ ਗਿਆ ਤੇਰਾ ਸ਼ੋ ਨਿਆਜ਼ੀ ਗੋ ਨਿਆਜ਼ੀ ਗੋ ਨਿਆਜ਼ੀ ਵਾਹ ਜੀ ਵਾਹ ਕੀ ਬਾਤ ਹੈ ਜਨਾਬ ਤੁਸੀਂ ਅੰਦਾਜ਼ਾ ਲਾਓ ਇਸ ਬੰਦੇ ਦੇ ਜੋਸ਼ ਤੋਂ ਇਸ ਬੰਦੇ ਦੇ ਜਜ਼ਬੇ ਤੋਂ ਸਾਡੀ ਜਾਨ ਵੀ ਹਾਜ਼ਰ ਆ 1 ਮਿੰਟ ਭਾਈ 1 ਮਿੰਟ ਮੈਨੂੰ ਲੱਗਦਾ ਵੀ ਇਸ ਵੀਡੀਓ ਤੋਂ ਬਾਅਦ ਮੈਨੂੰ ਆਪਣੇ ਕੰਨ ਜਿਹੜੇ ਨੇ ਤੇ ਪਰਦੇ ਨਵੇਂ ਪਾਉਣੇ ਪੈ ਜਾਣੇ ਨੇ ਅੱਛਾ ਭਾਈ ਤੇ ਇਸ ਤੋਂ ਅੰਦਾਜ਼ਾ ਲਾਓ ਕਿ ਇਸ ਦੀ ਕਿੰਨੀ ਮੁਹੱਬਤ ਹੈ ਨੂਨ ਲੀਗ ਦੇ ਨਾਲ ਤੇ ਮੁਹੱਬਤ ਦੀ ਵਜ੍ਹਾ ਹੈ ਤਾਇਆ ਨਵਾਜ਼ ਸ਼ਰੀਫ ਗਰੀਬ ਦਾ ਸੋਚਦਾ ਵਾ ਉਹ ਗਰੀਬ ਦਾ ਸੋਚਦਾ ਵਾ ਉਹਨੇ ਗਰੀਬ ਦਾ ਸੋਚਿਆ ਇਮਰਾਨ ਖਾਨ ਕਿਦੋਂ ਦਾ ਆਇਆ ਵਾ ਇਹਨੇ ਮੁਲਕ ਨੂੰ ਲੁੱਟਿਆ ਔਰ ਆਟਾ ਚੋਰੀ ਸਾਡਾ ਅੱਛਾ ਉਹ ਮੈਂ ਤਾਂ ਸੁਣਿਆ ਕਹਿੰਦੇ ਨੇ ਕਿ ਨਵਾਜ਼ ਸ਼ਰੀਫ ਹੁਣਾਂ ਨੇ ਵੀ ਬਹੁਤ ਲੁੱਟਿਆ ਉਹ ਕੋਈ ਨਹੀਂ ਲੁੱਟਿਆ ਇਹ ਸਾਰਾ ਝੂਠ ਆ ਇਮਰਾਨ ਖਾਨ ਸਭ ਤੋਂ ਵੱਡਾ ਚੋਰ ਇਮਰਾਨ ਲੇਕਿਨ ਉਹ ਜਿਹੜੇ ਕੇਸ ਚੱਲਣ ਦੇ ਉਹਨਾਂ ਦੇ ਖਿਲਾਫ ਉਹ ਸਭ ਝੂਠੇ ਆ ਉਹ ਸਭ ਝੂਠੇ ਆ ਪੱਕੀ ਗੱਲ ਹੈ ਦਿਲੋਂ ਮੈਂ ਕਿਆ ਬਾਤ ਆ ਅਤੇ ਜੀ ਜਨਾਬ ਤੁਸੀਂ ਇਸ ਦੌਰ ਦੇ ਵਿੱਚ ਜਿਹੜੀ ਜੋਬ ਕਰਦੇ ਹੈਗੇ ਹੋ ਅਤੇ ਤਨਖਾਹ ਲੈਂਦੇ ਹੋ ਅਤੇ ਉਸ ਤਨਖਾਹ ਦਾ ਤੁਸੀਂ ਕੀ ਲੈਂਦੇ ਹੋ ਕੀ ਖਰੀਦਦੇ ਹੋ ਅਸੀਂ ਤਾਏ ਨੂੰ ਦਿੰਦੇ ਆ ਕੀ ਮਤਲਬ ਤਾਏ ਨੂੰ ਲਾਜ ਵਾਸਤੇ ਅੱਛਾ ਹਾਂਜੀ ਯਾਰ ਇਹ ਤਾਂ ਮਾੜੀ ਗੱਲ ਹੈ ਤਾਏ ਨੂੰ ਤਾਂ ਚਾਹੀਦਾ ਕਿ ਲੋਕਾਂ ਨੂੰ ਜਾਨ ਵੀ ਹਾਜ਼ਰ ਆ ਤਾਏ ਵਾਸਤੇ ਜਾਨ ਮੈਂ ਕਹਿ ਰਿਹਾ ਸੀ ਜਾਨ ਵੀ ਹਾਜ਼ਰ ਕੀ ਬਾਤ ਹੈ ਜਨਾਬ ਇਹ ਬੰਦਾ ਜਿਹੜੀ ਤਨਖਾਹ ਲੈਂਦਾ ਆਪਣੀ ਉਹ ਆਪਣੇ ਤੇ ਨਹੀਂ ਲਾਉਂਦਾ ਹੈਗਾ ਬਲਕਿ ਇਸ ਨੇ ਆਪਣੀ ਤਨਖਾਹ ਜਿਹੜੀ ਹੈ ਉਹ ਤਾਏ ਦੇ ਇਲਾਜ ਲਈ ਰੱਖੀ ਹੋਈ ਆ ਹੌਲੀ ਭਾਈ ਹੌਲੀ ਜਰਾ ਤਾਏ ਦੇ ਇਲਾਜ ਲਈ ਰੱਖੀ ਹੈਗੀ ਹੈ ਤੇ ਦੇਖ ਲਓ ਇਸ ਦੀ ਮੁਹੱਬਤ ਦਾ ਅੰਦਾਜ਼ਾ ਦੇਖ ਲਓ ਇਸ ਦੀ ਚਾਹਤ ਦਾ ਅੰਦਾਜ਼ਾ ਦੇਖ ਲਓ ਕਿ ਇਤਨੇ ਪਿਆਰ ਕਰਨ ਵਾਲੇ ਲੋਕ ਅੱਜ ਵੀ ਨਵਾਜ਼ ਵੀ ਹਾਜ਼ਰ ਆ ਭਾਈ ਗੱਲ ਸੁਣ ਇੰਦਰਾ ਤੁਸੀਂ ਵੈਸੇ ਠੀਕ ਹੋ ਹਾਂ ਮੈਂ ਪਰੇਸ਼ਾਨ ਹੋ ਗਿਆ ਸ਼ਾਇਦ ਕੋਈ ਸਾਈਕਿਕ ਪ੍ਰੋਬਲਮ ਨਾ ਹੋਵੇ ਲੇਕਿਨ ਮਾਸ਼ਾਅੱਲਾ ਐਕਟਿਵ ਨੇ ਔਰ ਭਰਪੂਰ ਜਾਣਦੇ ਨੇ ਤੇ ਔਰ ਕਹਿੰਦੇ ਨੇ ਕਿ ਜਿੰਨੇ ਵੀ ਕੇਸਸ ਨੇ ਨਵਾਜ਼ ਸ਼ਰੀਫ ਹੋਰਾਂ ਦੇ ਉਹ ਸਾਰੇ ਝੂਠੇ ਨੇ ਔਰ ਜਿੰਨੇ ਵੀ ਕੇਸਸ ਹੈਗੇ ਨੇ ਉਹ ਝੂਠੇ ਨੇ ਜੀ ਨਾਜ਼ਰੀਨ ਇਹਨਾਂ ਦੀ ਮੁਹੱਬਤ ਦਾ ਇਹਨਾਂ ਦੀ ਚਾਹਤ ਦਾ ਨਵਾਜ਼ ਸ਼ਰੀਫ ਦੇ ਨਾਲ ਤੁਸੀਂ ਅੰਦਾਜ਼ਾ ਲਾ ਲਿਆ ਹੋਏਗਾ ਕਿ ਕਿਤਨੀ ਚਾਹਤ ਕਰਦੇ ਨੇ ਲੇਕਿਨ ਇੱਕ ਵਜ੍ਹਾ ਹਜੇ ਵੀ ਮੈਨੂੰ ਨਹੀਂ ਪਤਾ ਚੱਲੀ ਹੈਗੀ ਕਿ ਤੁਹਾਡੀ ਇੰਨੀ ਚਾਹਤ ਦਾ ਕੀ ਵਜ੍ਹਾ ਕੀ ਹੈ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਨਾ ਦੇਖੋ ਕੋਈ ਇਨਸਾਨ ਕਿਸੇ ਨੂੰ ਪਿਆਰ ਕਰਦਾ ਹੈ ਪਸੰਦ ਕਰਦਾ ਹੈ ਉਹਦੀ ਕੋਈ ਨਾ ਕੋਈ ਐਸੀ ਵਜ੍ਹਾ ਹੁੰਦੀ ਹੈ ਕੋਈ ਕਿਸੇ ਨੂੰ ਕੋਈ ਚਿੱਠੀ ਲਿਖ ਦਿੰਦਾ ਕੋਈ ਰੁਮਾਲ ਕੱਢ ਕੇ ਦੇ ਦਿੰਦਾ ਨਾ ਹੈ
ਆਉਂਦਾ ਤੇਰੇ ਲਈ ਰੇਸ਼ਮੀ ਨਮਾਰ ਉੱਤੇ ਤੇਰਾ ਨਾਂ ਕੱਢਿਆ ਕਿ ਕਿਹੜੀ ਕੋਈ ਸ਼ਾਇਦ ਤੁਹਾਨੂੰ ਨਵਾਜ਼ ਸ਼ਰੀਫ ਨੇ ਪਰਸਨਲੀ ਤੌਰ 'ਤੇ ਦਿੱਤੀ ਹੋਵੇ ਕਿ ਤੁਸੀਂ ਉਹਨਾਂ ਦੇ ਨਾਲ ਇੰਨਾ ਪਿਆਰ ਕਰਦੇ ਹੋ ਜ਼ਿਆਦਾ? ਸਾਡੀ ਇੱਕ ਵਾਰੀ ਮੁਲਾਕਾਤ ਹੋਈ ਸੀ। ਅੱਛਾ, ਸ਼ਹਿਬਾਜ਼ ਸ਼ਰੀਫ ਨਾਲ? ਸ਼ਹਿਬਾਜ਼ ਸ਼ਰੀਫ। ਅੱਛਾ, ਛੋਟੇ ਤਾਏ ਨਾਲ ਦੇ ਵਿੱਚ ਆਏ ਸੀਗੇ? ਅੱਛਾ ਅੱਛਾ, 2013 ਵਿੱਚ। ਵਾਹ, ਯਾਦ ਹੋਵੇ ਤੁਹਾਨੂੰ, ਉਦੋਂ ਦੀ ਸਾਨੂੰ ਮੁਹੱਬਤ ਹੋ ਗਈ। ਵਾਹ, ਇੰਨੀ ਮੁਹੱਬਤ ਹੋ ਗਈ, ਜਾਨ ਮੰਗੇ ਨਾ ਸੀ ਜਾਨ ਵੀ ਹਾਜ਼ਰ ਹੋਣਾ। ਕੀ ਬਾਤ, ਇੰਨੀ ਮੁਹੱਬਤ, ਇਸ਼ਕ ਹੋ ਗਈ। ਸਾਹਿਬ ਦਾ ਸਭ ਤੋਂ ਵਧੀਆ ਜਿਹੜਾ ਕੰਮ ਤੁਹਾਨੂੰ ਕਿਹੜਾ ਲੱਗਾ ਹੈਗਾ? ਉਹਨਾਂ ਦਾ ਸਭ ਤੋਂ ਵੱਡਾ ਕੰਮ, ਉਹਨਾਂ ਦੇ ਉਹਨਾਂ ਦੀ ਹਕੂਮਤ ਆਈ ਸੀ 2013 ਵਿੱਚ। ਅੱਛਾ, ਥਾਂ ਥਾਂ ਨਾਲ ਘੰਟੇ ਬਿਜਲੀ ਬੰਦ ਹੁੰਦੀ ਸੀ, ਉਹ ਖਤਮ ਕੀਤੀ। ਉਹ ਤੋਂ ਬਾਅਦ ਮਹਿੰਗਾਈ ਖਤਮ ਕੀਤੀ। ਅੱਛਾ, ਉਹ ਤੋਂ ਬਾਅਦ ਮੋਟਰ ਵੇਅ ਦੇ ਜਾਲ ਵਿਛਾਏ। ਅੱਛਾ, ਸਾਨੂੰ ਬਹੁਤ ਪਸੰਦ ਆਏ ਉਹਨਾਂ ਨੇ, ਉਹ ਹੋਰ ਵੀ ਬਹੁਤ ਕੰਮ ਕੀਤੇ। ਕਿਆ ਬਾਤ ਹੈ ਜਨਾਬ। ਇੱਕ ਨਾਰਾ ਲਗਾਉਣਾ ਚਾਹਤਾ ਹੂੰ, ਕਾਜ਼ੀ ਕੋ ਸੁਣਾਉਣਾ ਚਾਹਤਾ ਹੂੰ, ਵੋਟ ਕੋ ਇੱਜ਼ਤ ਦੋ, ਵੋਟ ਕੋ ਇੱਜ਼ਤ ਦੋ। ਵਾਹ ਜੀ ਵਾਹ, ਕਿਆ ਬਾਤ ਹੈ ਜਨਾਬ। ਇਹਨਾਂ ਦੀ ਮੁਹੱਬਤ ਦਾ ਤੁਸੀਂ ਅੰਦਾਜ਼ਾ ਲਾਓ, ਇਹ ਨਵਾਜ਼ ਸ਼ਰੀਫ ਦੇ ਬਹੁਤ ਵੱਡੇ ਫੈਨ ਹੈਗੇ ਨੇ। ਇਹਨਾਂ ਨੇ ਕਿਹਾ ਕਿ ਉਹਨਾਂ ਨੇ ਮੋਟਰ ਵਿਆਹ ਦੇ ਜਾਲ ਵਿਛਾ ਦਿੱਤੇ, ਗਰੀਬ ਆਵਾਮ ਲਈ ਉਹਨਾਂ ਨੇ ਬਹੁਤ ਸਾਥ ਦਿੱਤਾ ਹੈਗਾ। ਅੱਛਾ ਜਨਾਬ, ਗੱਲ ਸੁਣੋ, ਇਹ ਡਸਕਾ ਦੀ ਜਿਹੜੀ ਜਿੱਤੇ, ਉਸ ਦੇ ਹਵਾਲੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ? ਉਹ ਦਸਕਾ ਵਾਲਿਆਂ ਨੂੰ ਮੈਂ ਦਿਲੋਂ ਮੁਬਾਰਕਬਾਦ ਦਿੰਦਾ। ਉਹ ਸਾਡੇ ਭਾਈ ਆ ਦਸਕਾ ਵਾਲੇ, ਉਹ ਨੂਨ ਲੀਗ ਦਾ ਗਰਵ ਆ ਦਸਕਾ। ਉੱਥੋਂ ਇਮਰਾਨ ਖਾਨ ਕਦੀ ਵੀ ਨਹੀਂ ਜਿੱਤਿਆ, ਕਿਆਮਤ ਤੱਕ ਨਹੀਂ ਜਿੱਤ ਸਕਦਾ। ਵਾਹ ਜੀ ਵਾਹ, ਤਾਇਆ ਆਊਗਾ, ਨਵਾਜ਼ ਸ਼ਰੀਫ ਆਊਗਾ, ਇਮਰਾਨ ਖਾਨ ਦੇ ਮੂੰਹ ਦਾ ਤਾਲਾ ਵੱਜੂਗਾ, ਇਹ ਅੰਦਰ ਜਾਊਗਾ ਇਮਰਾਨ ਖਾਨ, ਔਰ ਫਿਰ ਕੇ ਮੀਆਂ ਨਵਾਜ਼ ਸ਼ਰੀਫ ਵਜ਼ੀਰ ਆਜ਼ਮ ਮੁਲਕ ਦਾ ਬਣੇਗਾ। ਫਿਰ ਕਰੋ ਕਰੋ, ਸ਼ੇਰ ਨਿਕਲੂਗਾ ਟੋਬੇ ਵਿੱਚੋਂ, ਘਰ ਵਿੱਚੋਂ ਸ਼ੇਰ। ਫਰਜ਼ ਕਰੋ, ਅਗਰ ਹੋ ਜਾਂਦਾ ਹੈਗਾ, ਬਾਹਰਲੇ ਮੁਲਕ ਵਾਲੇ ਲੋਕ ਇੱਥੇ ਆਣ ਕੇ ਦਿਹਾੜੀਆਂ ਕਰਨ, ਠੀਕ ਹੈ, ਇੱਥੇ ਮੇਮਾਂ ਤੁਰਦੀਆਂ ਫਿਰਨ, ਫਿਰ ਕੋਈ ਤੁਹਾਡਾ ਜ਼ਿਹਨ ਤਬਦੀਲ ਹੋਏਗਾ? ਨਾ ਨਾ, ਸਾਡੀ ਜਾਨ ਵੀ ਹਜ਼ਰ ਆ, ਕਦੇ ਜ਼ਿੰਦਗੀ ਵਿੱਚ ਨਹੀਂ ਹੋ ਸਕਦਾ ਸੀ ਇਮਰਾਨ ਖਾਨ ਨੂੰ ਵੋਟ ਦਈਏ। ਨਹੀਂ, ਫਿਰ ਤਾਂ ਹੋਣਾ ਚਾਹੀਦਾ ਨਾ। ਦੇਖੋ, ਇੱਕ ਬੰਦਾ ਜ਼ਿੰਦਗੀ ਵਿੱਚ ਨਹੀਂ ਹੋ ਸਕਦਾ, ਸਾਡੀ ਇਸ਼ਕ ਆ ਸਾਨੂੰ ਨਵਾਜ਼ ਸ਼ਰੀਫ ਨਾਲ, ਸਾਡੀ ਜਾਨ ਵੀ। ਲਓ ਵੀ, ਇਹ ਬੰਦਾ ਪੱਕਾ ਹੈ ਇਮਰਾਨ ਖਾਨ, ਤੇਰਾ ਸ਼ੌਕ ਭਾਵੇਂ ਦੁੱਧ ਦੀਆਂ ਨਹਿਰਾਂ ਵਗਾ ਦੇਵੇ, ਇਮਰਾਨ ਖਾਨ ਇਸ ਮੁਲਕ ਨੂੰ ਭਾਵੇਂ ਚੰਦ ਤੇ ਲੈ ਜਾਵੇ, ਲੇਕਿਨ ਇਸ ਬੰਦੇ ਦੀ ਜਿਹੜੀ ਇਹ ਹੁੰਦਾ ਹੈ ਬਲੱਡ, ਇਸ ਨੂੰ ਅਸੀਂ ਕਹਿੰਦੇ ਹੈਗੇ ਹਾਂ ਕਿ ਜਮਾਤ ਨੂੰ ਜਿਹੜਾ ਜਮਾਤ ਪ੍ਰਸਤੀ, ਔਰ ਇਸ ਨੂੰ ਅਸੀਂ ਕਹਿੰਦੇ ਹਾਂ ਇਸ਼ਕ ਔਰ ਮੁਹੱਬਤ, ਜਿਹੜਾ ਕਿ ਕਿਸੇ ਨਾਲ ਵੀ ਹੋ ਸਕਦਾ ਹੈ, ਜਿਹੜਾ ਕਿ ਇਹਨਾਂ ਨੂੰ ਨਵਾਜ਼ ਸ਼ਰੀਫ ਦੇ ਨਾਲ ਹੈ। ਔਰ ਇੱਜ਼ਤ ਦਾ ਤੁਸੀਂ ਮਾਮਲਾ ਚੈੱਕ ਕਰੋ ਕਿ ਉਹਨਾਂ ਨੂੰ ਇਹ ਤਾਇਆ ਸਮਝਦੇ ਨੇ, ਤਾਇਆ ਜਾਣਦੇ ਨੇ, ਤਾਇਆ ਆਬੂ ਇਹਨਾਂ ਦੇ। ਦੇਖੋ, ਇਹਨਾਂ ਨੇ ਆਪਣੇ ਤਾਏ ਨੂੰ ਭਾਵਾਂ ਕਦੀ ਤਾਇਆ ਆਬੂ ਕਿਹਾ ਨਾ ਹੋਵੇ, ਲੇਕਿਨ ਨਵਾਜ਼ ਸ਼ਰੀਫ ਨੂੰ ਇਹਨਾਂ ਨੇ ਤਾਇਆ ਆਬੂ ਕਿਹਾ। ਇਹਨਾਂ ਦੀ ਮੁਹੱਬਤ ਚੈੱਕ ਕਰੋ, ਇਹਨਾਂ ਦੀ ਚਾਹਤ ਚੈੱਕ ਕਰੋ, ਅਤੇ ਬਹਰਹਾਲ ਸਾਡੀ ਦੁਆ ਹੈ ਕਿ ਅੱਲਾਹ ਤਾਲਾ ਦੀ ਜ਼ਾਤ ਇਸ ਵਤਨ 'ਤੇ ਆਪਣਾ ਰਹਿਮ ਕਰੇ, ਔਰ ਇਸ ਮੁਸ਼ਕਲ ਹਾਲਾਤ ਦੇ ਵਿੱਚ ਅੱਲਾਹ ਤਾਲਾ ਦੀ ਜ਼ਾਤ ਇਸ ਮੁਲਕ 'ਤੇ ਕਰਮ ਕਰੇ, ਔਰ ਜਿਹੜੇ ਗੁਰਬਤ ਦੇ ਹਾਲਾਤ ਨੇ, ਕਾਰੋਬਾਰ ਬੰਦ ਨੇ, ਅਤੇ ਇਸ ਮੁਲਕ ਦੇ ਵਿੱਚ ਕਾਰੋਬਾਰ ਦੀ ਬਹਾਲੀ ਹੋਵੇ, ਔਰ ਗਰੀਬ ਨੂੰ ਸੁੱਖ ਦਾ ਸਾਹ ਮਿਲੇ। ਅਜਾਜ਼ ਮਸੂਦ ਚੌਧਰੀ ਵੱਲੋਂ ਭਾਵੇਂ ਕੋਈ ਵੀ ਆਵੇ, ਲੇਕਿਨ ਇਸ ਮੁਲਕ ਦਾ ਖੈਰ ਖਾ ਆਵੇ, ਲੇਕਿਨ ਇਸ ਮੁਲਕ ਨੂੰ ਸੰਭਾਲਣੇ ਵਾਲਾ ਆਵੇ। ਇਸ ਮੁਲਕ ਦਾ ਠੀਕ ਹੋਊਗਾ ਭਾਈ, ਮੈਨੂੰ ਤਾਂ ਪੂਰੀ ਗੱਲ ਕਰ ਲੈਂਦੇ ਯਾਰ, ਇਹ ਲੱਗਦਾ ਬੰਦਾ ਹੁਣ ਮੇਰੇ ਪਿੱਛੇ ਆ। ਬਹਰਹਾਲ ਜੀ, ਬੜੇ ਬੜੇ ਨੂਨ ਲੀਗ ਦੇ ਆਸ਼ਕ ਦੇਖੇ ਨੇ, ਲੇਕਿਨ ਇਹ ਛਾ ਗਿਆ ਜੀ। ਅਸੀਂ ਜਨਾਬ ਪਾਕਿਸਤਾਨ ਦੀ ਬਕਾ ਲਈ, ਪਾਕਿਸਤਾਨ ਦੀ ਆਉਣ ਲਈ, ਪਾਕਿਸਤਾਨ ਦੀ ਜਾਣ ਲਈ ਹਮਾ ਤਨ ਗੋਸ਼ ਹੈਗੇ ਹਾਂ। ਆਓ ਰਲ ਕੇ ਮਾਰੀਏ ਨਾਰਾ, ਪਾਕਿਸਤਾਨ ਜ਼ਿੰਦਾਬਾਦ।